COVID-19 ਦੀ ਜੰਗ ਦੇ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੇ ਜਿਹੜੇ ਨਰਸਿੰਗ ਸਟਾਫ ਹੈ ਅੱਜ ਕਿਉਂ ਧਰਨਾ ਪ੍ਰਦਰਸ਼ਨ ਤੇ ਬੈਠੇ ਆ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਮੀਨਾ ਕੁਮਾਰੀ ਮੈਂ DHS ਸਟਾਫ ਕੰਟਰੈਕਟ ਬੇਸ ਤੇ 2010 ਸਾਡੀਆਂ ਕੁੜੀਆਂ ਜਿਹੜੀਆਂ ਕਿ 2009 ਤੇ 2010 ਵਿੱਚ ਭਰਤੀ ਹੋਈਆਂ ਸੀ ਪੱਕੀਆਂ ਸੀਟਾਂ ਦੇ ਵਿਰੁੱਧ ਸਰ ਸਾਡੇ ਤੋਂ ਪਹਿਲੇ 2005 ਦੇ ਵਿੱਚ ਕੁੜੀਆਂ ਭਰਤੀ ਹੋਈਆਂ ਸੀ ਜੋ ਕਿ 2011 ਚ ਉਮਾ ਦੇਵੀ ਦੇ ਕੇਸ ਦੇ ਵਿਹਾਪ ਤੇ ਪੱਕੀਆਂ ਕੀਤੀਆਂ ਗਈਆਂ ਸਰ ਉਹਦੇ ਵਿੱਚ ਅਸੀਂ ਸਾਨੂੰ ਵੀ ਪੱਕੇ ਕੀਤਾ ਗਿਆ ਸੀ ਬਟ ਬਿੰਨੀ ਹੈਲਥ ਸੈਕਟਰੀ ਬਿੰਨੀ ਮਹਾਜਨ ਦੇ ਅਕੋਰਡਿੰਗ ਵਨ ਟਾਈਮ ਮੇਅਰ ਦੇ ਵਿੱਚ ਸਾਨੂੰ ਇਹਨਾਂ ਨੇ ਨਹੀਂ ਲਿਆ ਸਾਡੀ ਸਾਨੂੰ ਸਾਡੇ ਆਰਡਰ ਨਹੀਂ ਕੀਤੇ ਗਏ ਸਰ ਉਸ ਤੋਂ ਬਾਅਦ ਅਸੀਂ 2019 ਦੇ ਵਿੱਚ ਅਸੀਂ ਕੇਸ ਲਗਾਇਆ ਤੇ ਹਾਈ ਕੋਰਟ ਦਾ ਕੇਸ ਜਿਹੜਾ 2019 ਨਵੰਬਰ ਦੇ ਵਿੱਚ ਜਿੱਤ ਗਏ ਅਸੀਂ 3 ਮਹੀਨੇ ਵੇਟ ਕਰਦੇ ਰਹੇ ਸਰ ਸਾਡੀ ਕੋਈ ਨੋਟੀਫਿਕੇਸ਼ਨ ਨਹੀਂ ਆਈ ਸਾਡੇ ਤੇ ਕੋਈ ਲਾਗੂ ਨਹੀਂ ਕੀਤਾ ਗਿਆ ਸਰ 2005 'ਚ ਜਿਹੜੀਆਂ ਕੁੜੀਆਂ ਆਈਆਂ ਉਹ ਵੀ ਪੱਕੀ ਹੋ ਗਈਆਂ 2013 ਦੇ ਵਿੱਚ ਜਿਹੜੀਆਂ ਆਈਆਂ ਉਹ ਵੀ 602 ਕੁੜੀਆਂ ਆਈਆਂ ਉਹ ਵੀ ਪੱਕੀਆਂ ਹੋ ਗਈਆਂ 2015 ਦੇ ਵਿੱਚ ਆਈਆਂ ਉਹ ਵੀ ਪੱਕੀਆਂ ਹੋ ਗਈਆਂ ਅਸੀਂ ਸਿਰਫ ਮਾਤਰ ਕੋ 200 ਕੁੜੀਆਂ ਜਿਹੜੀਆਂ ਜਿਨ੍ਹਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ ਸਰ ਅਸੀਂ 3 ਮਹੀਨੇ ਵੇਟ ਕਰਕੇ ਜੋ ਕਿ ਸਾਡੇ ਦੇ ਕੇਸ ਲਾਗੂ ਨਹੀਂ ਕੀਤਾ ਗਿਆ ਤੇ ਅਸੀਂ ਕੰਟੈਂਪਟ ਪਾ ਦਿੱਤੀ ਹੈ ਜਿਹਦੀ ਕਿ ਤਰੀਕ ਹੁਣ 20 ਮਈ ਪਈ ਹੈ ਸਰ ਅਸੀਂ ਅੱਗੇ ਹੋ ਕੇ COVID-19 16 ਮਾਰਚ ਤੋਂ ਲੈ ਕੇ ਅੱਜ ਤੱਕ ਫਰੰਟ ਤੇ ਆ ਕੇ ਕੰਮ ਕਰ ਰਹੇ ਹਾਂ ਹਰ ਕੁੜੀ ਪੂਰੇ ਜਜ਼ਬੇ ਨਾਲ ਕੰਮ ਕਰ ਰਹੀ ਹੈ ਪਰ ਸਰਕਾਰ ਪਤਾ ਨਹੀਂ ਸਾਡੇ ਕਿਉਂ ਨਹੀਂ ਸੁਣ ਰਹੀ NRHM ਦੀ ਸਵਾਸਥ ਮੰਤਰੀ ਨਾਲ ਜਾਂ ਹੋਰ ਅਧਿਕਾਰੀਆਂ ਨਾਲ ਗੱਲ ਹਾਂਜੀ ਸਰ ਬਿਲਕੁਲ ਸਾਡੀ ਅਸੀਂ ਹੈਲਥ ਮਿਨਿਸਟਰ ਦੇ ਨਾਲ ਸਾਡੀ ਹੋਈ ਸਾਡੀ ਮੀਟਿੰਗ ਹੋਈ ਹਾਂਜੀ ਹਰ ਮਹੀਨੇ ਹਰ ਹਫਤੇ ਉਹਨਾਂ ਦੇ ਕੋਲ ਜਾ ਕੇ ਮੀਟਿੰਗ ਕਰਦੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਨੇ ਬਟ ਉਹ ਸਾਡਾ ਕੋਈ ਜਵਾਬ ਨਹੀਂ ਦੇ ਰਹੇ 11,000 ਵਿੱਚ ਤੁਸੀਂ ਦੱਸੋ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਕੋਈ ਗੁਜ਼ਾਰਾ ਕਰ ਸਕਦਾ ਸਾਡੇ ਬੱਚਿਆਂ ਦੀਆਂ ਫੀਸਾਂ ਵੀ 15,000 20,000 ਹੈਗੀ ਹੈ ਜੇ ਅਸੀਂ ਇਹ ਨੌਕਰੀ ਕਰਦੇ ਹਾਂ ਸਾਡੇ ਬੱਚਿਆਂ ਦਾ ਗੁਜ਼ਾਰਾ ਨਹੀਂ ਹੁੰਦਾ ਪਿਆ ਅਸੀਂ ਇੰਨੀ ਤੁਹਾਨੂੰ ਨਰਸਿੰਗ ਸਟਾਫ ਦੇ ਇੱਥੇ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਧਰਨਾ ਜੇ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜਬ ਤਾਂ ਕਿ ਅਸੀਂ ਵੀ ਆਪਣੀ ਖੁਸ਼ੀ ਨਾਲ ਆਪਣੀ ਡਿਊਟੀ ਕਰ ਸਕੀਏ ਠੀਕ ਹੈ ਸਾਡੇ ਪ੍ਰੈਸ਼ਰ ਤੇ ਹੁੰਦਾ ਹੀ ਹੈ ਸਾਡੇ ਦਿਮਾਗ ਤੇ ਅਸੀਂ ਪੋਜ਼ਿਟਿਵ ਪੇਸ਼ੈਂਟ ਨੂੰ ਡੀਲ ਕਰ ਰਹੇ ਹਾਂ ਨਾ ਪੋਜ਼ਿਟਿਵ ਪੇਸ਼ੈਂਟ ਨੂੰ ਸਾਨੂੰ ਤੇ ਕਈ ਤੇ ਪਬਲਿਕ ਤੇ ਆਮ ਜਾਏਗੀ ਉੱਤੇ ਮਤਲਬ ਕਿ ਆਮ ਜਾਏਗੀ ਦੇਖੇਗੀ ਕੋਈ ਉਹਨਾਂ ਨੂੰ ਸਸਪੈਕਟਡ ਹੋਏਗਾ ਕਿ ਕੋਈ ਪੇਸ਼ੈਂਟ ਪੋਜ਼ਿਟਿਵ ਹੈ ਕੋਈ ਨੈਗੇਟਿਵ ਹੈ ਤੁਹਾਨੂੰ ਨਹੀਂ ਪਤਾ ਬਟ ਸਾਨੂੰ ਅਸੀਂ ਆਪਣੇ ਮਾਈਂਡ 'ਚ ਸਾਨੂੰ ਪ੍ਰੋਪਰ ਪਤਾ ਹੁੰਦਾ ਕਿ ਇਹ ਪੇਸ਼ੈਂਟ ਪੋਜ਼ਿਟਿਵ ਹੈ ਔਰ ਅਸੀਂ ਪੋਜ਼ਿਟਿਵ ਪੇਸ਼ੈਂਟ ਨੂੰ ਡੀਲ ਕਰਨ ਜਾ ਰਹੇ ਹਾਂ ਪੋਜ਼ਿਟਿਵ ਪੇਸ਼ੈਂਟ ਨੂੰ ਹੀ ਦੇਖਣਾ ਸਾਰਾ ਕੁਝ ਅਸੀਂ ਪੇਸ਼ੈਂਟ ਦਾ ਕਰਦੇ ਹਾਂ ਪਰ ਫਿਰ ਵੀ ਸਾਨੂੰ ਕੋਈ ਬੈਨੀਫਿਟ ਨਹੀਂ ਦੇ ਰਹੇ ਕੁਝ ਨਹੀਂ ਮਿਲ ਰਿਹਾ ਬਟ ਇਹ ਕਿ ਸਰਕਾਰ ਨੂੰ ਥੋੜ੍ਹਾ ਤਾਂ ਸੋਚਣਾ ਚਾਹੀਦਾ ਹੈ ਕਿ ਜੇ ਇੰਨੇ ਪ੍ਰੈਸ਼ਰ ਨਾਲ ਅਸੀਂ ਘਰ ਵੀ ਜਾਂਦੇ ਹਾਂ ਆਪਣੇ ਇੱਕ ਹਿਸਾਬ ਨਾਲ ਅਸੀਂ ਡਰਦੇ ਹਾਂ ਠੀਕ ਹੈ ਘਰ ਜਾ ਕੇ ਸਾਡੀ ਵੀ ਫੈਮਿਲੀ ਹੈ ਛੋਟੇ ਬੱਚੇ ਹੈ ਖਰਚੇ ਹੈ ਸਾਰਾ ਕੁਝ ਹੈ ਠੀਕ ਹੈ ਬਟ ਅਸੀਂ ਆਪਣੇ ਮੈਂਟਲੀ ਇੰਨੇ ਕੁ ਹਰਾਸ ਹੋ ਜਾਂਦੇ ਹਾਂ ਨਾ ਕਿ ਅਸੀਂ ਪੋਜ਼ਿਟਿਵ ਪੇਸ਼ੈਂਟ ਨੂੰ ਡੀਲ ਕਰਕੇ ਆਏ ਹਾਂ ਪਤਾ ਨਹੀਂ ਸਾਡੇ ਅਸੀਂ ਆਪਣੀ ਫੈਮਿਲੀ ਨੂੰ ਕੋਈ ਅਸੀਂ ਉਹਦੇ ਵਾਸਤੇ ਕੈਰੀਅਰ ਨਾ ਬਣ ਜਾਈਏ ਠੀਕ ਹੈ ਨਾ ਜਿਹੜਾ ਪ੍ਰੋਟੈਸਟ ਹੈ ਕਿੰਨੀ ਦੇਰ ਤੱਕ ਚੱਲੇ ਕਰੇਗਾ ਅਸੀਂ ਤੇ ਵੈਸੇ ਹੁਣ ਅੱਜ ਦੇ ਹੀ 2 ਘੰਟੇ ਲਈ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਕਾਲੇ ਬਿੱਲੇ ਲਾ ਕੇ ਅਸੀਂ ਕੰਟੀਨਿਊ ਕਰਾਂਗੇ ਜਦ ਤੱਕ ਸਾਨੂੰ ਸਰਕਾਰ ਨਹੀਂ ਕੁਝ ਮੰਨਦੀ ਕੀ ਕਹਿਣਾ ਚਾਹੁੰਦੇ ਅਸੀਂ 2009 ਤੋਂ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੇ ਹਾਂ ਸਾਡੀਆਂ ਸਟਾਫਾਂ ਸਾਰੀਆਂ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੀਆਂ ਤੇ ਇਸ ਦੇ ਨਾਲ ਸਾਨੂੰ ਸੈਲਰੀ ਬਹੁਤ ਘੱਟ ਮਿਲ ਰਹੀ ਜਿੱਦਾਂ 10,000 ਦੇ ਵਿੱਚ ਹੀ ਸਾਡਾ ਮਤਲਬ ਸਾਨੂੰ ਦੇ ਰਹੇ ਸਰਕਾਰ ਵੱਲੋਂ ਤੇ ਜਿਸ ਦੇ ਨਾਲ ਕਿ ਸਾਡਾ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਚੱਲ ਰਿਹਾ ਸਾਡੀ ਫੈਮਿਲੀ ਸਾਡੇ ਬੱਚੇ ਅਸੀਂ ਬਹੁਤ ਮਤਲਬ ਅਪਸੈਟ ਹੁੰਦੇ ਹਾਂ ਤੇ ਜਿਸ ਨਾਲ ਕਿ ਅਸੀਂ ਐਨੀ ਦੂਰੋਂ ਦੂਰੋਂ ਆ ਕੇ ਅਸੀਂ ਜੌਬ ਤੇ ਆਨੇ ਆਪਣੀ ਬਹੁਤ ਔਖੇ ਹੋ ਕੇ ਮਤਲਬ ਰਸਤੇ ਸਾਨੂੰ ਕੋਈ ਵੀ ਪ੍ਰੋਬਲਮ ਵੀ ਆ ਸਕਦੀ ਹੈ ਤੇ ਜਿਸ ਨਾਲ ਕਿ ਅਸੀਂ ਬਹੁਤ ਮੁਸ਼ਕਿਲਾਂ ਨਾਲ ਗੁਜ਼ਾਰਾ ਕਰ ਰਹੇ ਹਾਂ ਤੇ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਸਾਨੂੰ ਅਸੀਂ ਤਾਂ ਇਹੀ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਵੱਲੋਂ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਘਰ ਦੇ ਪਰਿਵਾਰ ਦਾ ਖਰਚਾ ਮਤਲਬ ਚਲਾ ਸਕੀਏ ਤੇ ਨਾਲੇ ਮਰੀਜ਼ਾਂ ਨੂੰ ਖੁਸ਼ ਦਿਲ ਨਾਲ ਆ ਕੇ ਅਟੈਂਡ ਕਰ ਸਕੀਏ ਜਦਕਿ ਅਸੀਂ ਇੰਨੇ ਮਤਲਬ ਘੱਟ ਖਰਚੇ ਦੇ ਵਿੱਚ ਵੀ ਇੰਨੇ ਦੁਖੀ ਹੋ ਕੇ ਵੀ ਅਸੀਂ ਪੋਜ਼ਿਟਿਵ ਮਰੀਜ਼ਾਂ ਨੂੰ ਬਹੁਤ ਖੁਸ਼ ਹੋ ਕੇ ਅਟੈਂਡ ਕਰਦੇ ਹਾਂ ਸਾਰਾ ਕੁਝ ਮੈਡਮ ਜੇ ਗੱਲ ਕਰੀਏ ਫਰੰਟ ਲਾਈਨ ਤੇ ਤੁਸੀਂ ਡਿਊਟੀ ਦੇ ਰਹੇ ਹੋ ਇਸ ਜੰਗ 'ਚ ਤੁਹਾਡਾ ਅਹਿਮ ਰੋਲ ਹੈ ਫਿਰ ਕੀ ਕਾਰਨ ਬਣਿਆ ਅੱਜ ਤੁਹਾਨੂੰ ਜਿਹੜੇ ਆ ਪੇਪਰ ਲੈ ਕੇ ਇੱਥੇ ਖਲੋਣਾ ਪਿਆ ਧਰਨਾ ਪ੍ਰਦਰਸ਼ਨ ਕਰਨਾ ਪਿਆ ਸਰ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਮੈਨੂੰ ਕਿ ਫਰੰਟ ਲਾਈਨ ਤੇ ਤੁਸੀਂ ਖੜੇ ਆ ਕੈਪਟਨ ਅਮਰਿੰਦਰ ਆਪਣੇ ਹੈਲਥ ਸੈਕਟਰੀ ਇਹ ਸਵਾਲ ਅਗਰ ਆਪਣੇ ਆਪ ਨੂੰ ਪੁੱਛਣ ਤੇ ਸ਼ਾਇਦ ਉਹ ਆਨਸਰ ਐਨ ਫਰੈਂਕਲੀ ਬੋਲਣਗੇ ਜੀ ਸਟਾਫ ਨਰਸਸ ਹੈ ਸਵੀਪਰ ਹੈ ਕਲਾਸ 4 ਹੈ ਜਿਹੜੇ ਫਰੰਟ ਲਾਈਨ ਨੇ ਤੇ ਸਰ ਜਿਹੜੇ ਵਿਤਕਰੇ ਸਾਡੇ ਨਾਲ ਹੋ ਰਹੇ ਆ ਅਸੀਂ ਇਹ ਤਾਂ ਹੈ ਨਹੀਂ ਆ ਕਿ ਬਿਨਾਂ ਵਜ੍ਹਾ ਅਸੀਂ ਇੱਥੇ ਆ ਕੇ ਸਟ੍ਰਾਈਕ ਕਰ ਰਹੇ ਆ ਜਾਂ ਜੋ ਵੀ ਸੋਸ਼ਨ ਮਤਲਬ ਆਪਣੇ ਜੋ ਕਹਿ ਲਓ ਤੁਸੀਂ ਕਿ ਦਿਮਾਗ ਦੇ ਵਿੱਚ ਇਹ ਬਰਡਨ ਲੈ ਕੇ ਕਿ ਸਾਡੀ ਇੰਨੀ ਘੱਟ ਸੈਲਰੀ ਹੈ ਹੈ ਨਾ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ 11 ਸਾਲਾਂ ਦੇ ਵਿੱਚ
सानू कोई बेनीफिट नहीं मिलिया। असी हमेशा अवॉइड किए गए हैं और करते आ रहे हैं सानू अवॉइड, हुण भी इन्होंने पिछे जे कई घोषणावां कीतियां लेकिन स्टाफ नर्सिस नू लैके एक सिंगल भी इन्होंने कोई ਉਹਦਾ ਨਾਮ ਵੀ ਲਿਆ ਹੋਵੇ ਕਿ ਸਾਡੀਆਂ ਜਿਹੜੀਆਂ ਸਟਾਫ ਨਰਸਿਸ ਹੈ ਜਿਹੜੀਆਂ ਫਰੰਟ ਲਾਈਨ 'ਤੇ ਨੇ, ਅਸੀਂ ਉਹਨਾਂ ਦੇ ਉਤਸ਼ਾਹ ਵਧਾਉਣ ਵਾਸਤੇ 12 ਮਈ ਨੂੰ ਅਸੀਂ ਉਹਨਾਂ ਲਈ ਆਹ ਸੇਵਾਵਾਂ ਦੇ ਰਹੇ ਹਾਂ। ਨਥਿੰਗ ਸਰ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੱਥ 'ਚ ਜਿਹੜੇ ਫੜੇ ਹੋਏ ਆ ਪੇਪਰ ਵੀ ਫੜੇ, ਉਹਦੇ ਉੱਪਰ ਵੀ ਲਿਖਿਆ ਹੋਇਆ ਕਿ ਪੰਜਾਬ ਦੀ ਧੀਆਂ ਦੀ ਪੁਕਾਰ। ਬਾਕੀ ਤੁਸੀਂ ਆਪ ਦੇਖ ਸਕਦੇ ਹੋ ਵੀ ਸਟਾਫ ਨਰਸਿੰਗ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਤਕਰਾ ਹੋ ਰਿਹਾ, ਜਿਸ ਕਾਰਨ 'ਤੇ ਅੱਜ ਉਹਨਾਂ ਨੂੰ ਜਿਹੜਾ ਮੈਡੀਕਲ ਸੁਪਰੀਡੈਂਟ ਦੇ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ करना पै रहा है। तो लगातार उन्हों की मंग है कि 10,000 रुपये की सैलरी के नाल उन्हें दे घर का गुजारा नहीं होता, जिस कारण लगातार उन्होंने जोड़ा प्रोटेस्ट करना पै रहा है। कैमरामैन प्रतीक शर्मा के नाल विनोद सभरवाल, लिविंग इंडिया न्यूज़, जलंधर।